ਪਤੀ ਦੇ ਮਹਿਲਾ ਪੁਲਿਸ ਮੁਲਾਜ਼ਮ ਦੇ ਨਾਲ ਸਬੰਧਾਂ ਤੋਂ ਦੁਖੀ ਔਰਤ ਵੱਲੋਂ ਐਸਐਸਪੀ ਦਫ਼ਤਰ ਦੇ ਬਾਹਰ ਹਾਈ ਵੋਲਟੇਜ ਡਰਾਮਾ ਕੀਤਾ ਗਿਆ। ਇਸ ਮੌਕੇ ਤੇ ਆਪਣੇ ਦੋ ਬੱਚਿਆਂ ਸਮੇਤ ਉਸ ਵੱਲੋਂ ਸਿਖਰ ਦੁਪਹਿਰੇ ਧਰਨਾ ਦਿੰਦੇ ਹੋਏ ਪੁਲਿਸ ਪ੍ਰਸ਼ਾਸਨ ਤੇ ਕਈ ਗੰਭੀਰ ਦੋਸ਼ ਲਾਏ ਹਨ। ਬੀੜ ਤਲਾਬ ਬਸਤੀ ਦੀ ਰਹਿਣ ਵਾਲੀ ਗੁਰਮੀਤ ਕੌਰ ਨੇ ਦੋਸ਼ ਲਗਾਇਆ ਕਿ ਬਠਿੰਡਾ ਪੁਲਿਸ ਵਿੱਚ ਤੈਨਾਤ ਇੱਕ ਮਹਿਲਾ ਪੁਲਿਸ ਮੁਲਾਜ਼ਮ ਵੱਲੋਂ ਉਸ ਦਾ ਘਰ ਖਰਾਬ ਕੀਤਾ ਜਾ ਰਿਹਾ ਹੈ। ਉਸ ਦੇ ਪਤੀ ਬਲਵਿੰਦਰ ਸਿੰਘ ਵੱਲੋਂ ਉਸ ਨੂੰ ਘਰੋਂ ਕੱਢ ਕੇ ਇਸ ਮਹਿਲਾ ਮੁਲਾਜ਼ਮ ਨੂੰ ਰੱਖਿਆ ਹੋਇਆ ਹੈ। ਮਹਿਲਾ ਪੁਲਿਸ ਮੁਲਾਜ਼ਮ ਵੱਲੋਂ ਉਸ ਦੇ ਪਤੀ ਨਾਲ ਰਲ ਕੇ ਉਸ ਦਾ ਗਲਾ ਕੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਵਾਰ ਵਾਰ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੋਈ ਹੈ। ਹਾਂਜੀ, ਗੁਰਮੀਤ ਕੌਰ ਹੈ ਜੀ ਮੇਰਾ ਨਾਮ, ਵਾਸੀ ਬਠਿੰਡੇ ਬਾਬਾ ਜੀਵਨ ਸਿੰਘ ਨਗਰ ਬਸਤੀ ਨੰਬਰ 6 ਦੀ ਮੈਂ ਰਹਿਣ ਵਾਲੀ ਹਾਂ। ਹਸਬੈਂਡ ਵੀ ਮੇਰੇ ਇੱਥੇ ਹੀ ਮੈਂ ਰਹਿੰਦੇ ਨੇ। ਮੈਰਿਜ ਮੇਰੀ ਜੀ ਨਾਨਕਪੁਰ ਹੋਈ ਸੀਗੀ, ਉਸ ਤੋਂ ਬਾਅਦ 7 ਸਾਲਾਂ ਦੇ ਅਸੀਂ ਇੱਥੇ ਰਹਿੰਦੇ। ਪਹਿਲਾਂ ਅਸੀਂ ਕਿਰਾਏ 'ਤੇ ਰਹਿੰਦੇ ਸੀ, ਹੁਣ 2.5 ਸਾਲ ਦਾ ਅਸੀਂ ਆਪਦਾ ਮਕਾਨ ਬਣਾਇਆ। ਲਗਾਤਾਰ ਸਭ ਐਂਬੂਲੈਂਸ ਦਾ ਮੇਰੇ ਹਸਬੈਂਡ ਦਾ ਕੰਮ ਹੈਗਾ। ਵਧੀਆ ਅਸੀਂ ਜ਼ਿੰਦਗੀ ਜੀ ਰਹੇ ਸੀ। ਇਲੈਕਸ਼ਨ ਆਏ, ਨਵੀਂ ਸਰਕਾਰ ਦੇ ਇਲੈਕਸ਼ਨ ਆਏ ਆ ਜੀ, ਉਦੋਂ ਉਹਨਾਂ ਨੇ ਕਿਹਾ ਹੈਗਾ, ਮੇਰੇ ਹਸਬੈਂਡ ਨੇ ਵੀ ਅਨਮਨ ਮਤਲਬ ਕਿਸੇ ਮੁਲਾਜ਼ਮ ਨੇ ਕਿਹਾ ਵੀ ਪ੍ਰਾਈਵੇਟ ਗੱਡੀ ਲਗਾਉਣ ਵਾਸਤੇ ਨਾਲ ਇਲੈਕਸ਼ਨਾਂ ਵਿੱਚ ਮੁਲਾਜ਼ਮਾਂ ਨੇ ਨਾਕਿਆਂ 'ਤੇ ਜਾਣਾ ਹੁੰਦਾ ਵੀ 1500 ਰੁਪਇਆ ਦਿਹਾੜੀ ਦੇਣਗੇ। ਮੈਂ ਕਿਹਾ ਚਲੋ ਠੀਕ ਹੈ, ਗੱਡੀ ਘਰੇ ਖੜੀ ਹੈਗੀ ਹੈ। ਤੁਹਾਡੇ ਹਸਬੈਂਡ ਕੀ ਕਰਦੇ ਆ? ਐਂਬੂਲੈਂਸ ਦਾ ਕੰਮ ਕਰਦੇ ਆ ਜੀ, ਉਹਦੇ 'ਤੇ ਡਰਾਈਵਰ ਰੱਖੇ ਹੋਏ ਸੀਗੇ। ਉਸ ਤੋਂ ਬਾਅਦ ਸਾਡੀ ਪ੍ਰਾਈਵੇਟ ਆਪਦੀ ਪਰਸਨਲ ਗੱਡੀ ਸੀਗੀ, ਉਹ ਅਸੀਂ ਘਰੇ ਰੱਖੀ ਹੋਈ ਸੀ ਆਪਦੀ ਗੱਡੀ। ਇਹ ਕਹਿੰਦੇ ਵੀ 1500 ਰੁਪਇਆ ਦਿਹਾੜੀ ਦਿੰਦੇ ਆਪਾਂ ਗੱਡੀ 'ਚ ਲਾ ਦਿੰਦੇ ਹਾਂ ਇਲੈਕਸ਼ਨਾਂ ਵਿੱਚ। ਪਹਿਲਾਂ ਐਂਬੂਲੈਂਸ ਛੱਡ ਦਿੱਤੀ ਸੀ, ਜਿਹੜੀ ਪਰਸਨਲ ਗੱਡੀ ਸੀ ਉਹ ਲੈ ਕੇ ਜਾਣ ਲੱਗ ਗਏ। ਜਾਂਦੇ ਜਾਂਦੇ ਰੋਜ਼ ਮਤਲਬ ਪਹਿਲਾਂ ਸਵੇਰੇ ਜਾਂਦੇ ਸੀਗੇ, ਫਿਰ ਰਾਤ ਵੀ ਰਹਿਣ ਲੱਗ ਗਏ। ਕਦੀ ਤਾਂ 5000 ਦੇ ਬੂਟ ਪਾਏ ਹੋਣੇ, ਕਦੀ ਟੀ ਸ਼ਰਟਾਂ। ਮੈਂ ਕਿਹਾ ਕਿੱਥੋਂ ਲੈ ਕੇ ਆਉਂਦੇ ਹੋ? ਅੱਜ ਪੁਲਿਸ ਵਾਲੇ ਨੇ 13 ਲੱਖ ਰੁਪਇਆ ਫੜਿਆ। ਉਹ ਕਹਿੰਦੇ ਲੱਖ ਦੀ ਆਪਾਂ ਲੈਂਟਾ ਮੋਲ 'ਚ ਸ਼ੋਪਿੰਗ ਕਰਦੇ ਹਾਂ, ਵੀ ਅਸੀਂ ਪੈਸਾ ਨਹੀਂ ਰੱਖ ਸਕਦੇ ਕਿ ਤੁਹਾਨੂੰ ਸ਼ੋਪਿੰਗ ਕਰਾ ਦਿੰਦੇ ਹਾਂ। ਕਦੀ ਟੀ ਸ਼ਰਟਾਂ, ਕਦੀ ਕੁਛ, ਕਦੀ। ਮੈਂ ਕਿਹਾ ਕਿੱਥੋਂ ਆ ਰਿਹਾ ਗਾ? ਅੱਜ ਉਹਨਾਂ ਨੇ 5 ਲੱਖ ਫੜਿਆ, ਅੱਜ ਇੰਨਾ ਫੜਿਆ ਗਾ। ਕਰਦੇ ਕਰਦੇ ਇਲੈਕਸ਼ਨ ਵੀ ਖਤਮ ਹੋ ਗਏ। ਇਲੈਕਸ਼ਨ ਖਤਮ ਹੋਣ ਤੋਂ ਬਾਅਦ ਮੈਂ ਕਿਹਾ ਵੀ ਹੁਣ ਤੂੰ ਘਰੇ ਨਹੀਂ ਰਹਿੰਦਾ, ਹੁਣ ਕੀ ਗੱਲ ਹੈਗੀ ਵੀ ਘਰੇ ਨਹੀਂ ਰਹਿੰਦਾ? ਮੇਰੀ ਜ਼ਿੰਦਗੀ ਮੇਰੀ ਮਰਜ਼ੀ, ਮੈਂ ਜਿਵੇਂ ਮਰਜ਼ੀ ਜੀਵਾਂ। ਮੈਂ ਕਿਹਾ ਇਹ ਕੀ ਮਤਲਬ ਹੈ? ਇਹ ਪਹਿਲਾਂ ਤੇਰੀ ਜ਼ਿੰਦਗੀ ਸੀ, ਬੱਚਿਆਂ ਨਾਲ ਹੁਣ ਤੇਰੀ ਜ਼ਿੰਦਗੀ ਆ। ਮੈਂ ਨਾ ਹੱਥਾਪਾਈ ਕਰਨੀ ਸ਼ੁਰੂ ਕਰਤੀ ਗਈ, ਮੈਂ ਆਪਦੀ ਮੰਮੀ ਉਹਨਾਂ ਕੋਲ ਪਿੰਡ ਚਲੀ ਗਈ। ਮੈਂ ਦੱਸਣ ਬਗੈਰ 2 ਦਿਨਾਂ ਬਾਅਦ ਨਾ ਰਾਤ ਤਕਰੀਬਨ 8 ਵਜੇ ਘਰੇ ਪਹੁੰਚੀ ਹਾਂ। ਦੇਖਿਆ ਅਮਨ ਕੌਰ ਜਿਹੜੀ ਮੁਲਾਜ਼ਮ ਹੈ ਅਤੇ ਮੇਰੇ ਹਸਬੈਂਡ ਦੋਨੋਂ ਬੈਠੇ ਹੋਏਗੇ ਕਮਰੇ ਵਿੱਚ ਇਕੱਠੇ, ਬਟ ਕਹਿ ਨਹੀਂ ਸਕਦੀ ਐਵੇਂ ਬੈਠੇ। ਮੈਂ ਰੰਗੀ 'ਤੇ ਫੜਿਆ, ਹਾਂਜੀ ਉਦੋਂ ਰਾਤੀ 8 ਵਜੇ ਬੱਚਿਆਂ 'ਤੇ ਮੈਂ ਆਈ ਮੌਕੇ 'ਤੇ ਬੈਠੇ ਹੋਏਗੇ। ਮੈਂ ਉਹਨਾਂ ਨੂੰ ਫੜਿਆ, ਮੈਂ ਕਿਹਾ ਇੱਥੇ ਕੀ ਕਰਦੀ ਹੈਗੀ ਹੈ, ਕੌਣ ਹੈਗੀ ਹੈ? ਇਹ ਭਾਬੀ ਆ, ਯਾਰ ਦੋਸਤ ਕਰ ਲਈ ਵਗੈਰਾ ਵਗੈਰਾ। ਅਸੀਂ ਹੱਥਾਂ ਪਾਈ ਕਰਨ ਲੱਗ ਗਏ। ਅਮਨ ਕੌਰ ਨੇ ਚੁੰਨੀ ਚੱਕੇ ਗਈ, ਮੇਰੇ ਹਸਬੈਂਡ ਨੇ ਕੁੰਡੀ ਲਾਤੀ, ਗਲਾ ਘੁੱਟ ਕੇ ਮੈਨੂੰ ਮਾਰਨ ਲੱਗੀ ਗਈ। ਮੈਂ ਆਪਦੇ ਬੱਚਿਆਂ ਨੂੰ ਬਹੁਤ ਔਖੇ ਸਦਰ ਥਾਣੇ 9 ਵਜੇ ਪਹੁੰਚੀ। ਉਹਨਾਂ ਨੂੰ ਕਿਹਾ ਕੌਰ ਸਿੰਘ, ਬਿੱਕਰ ਸਿੰਘ ਮੌਕੇ 'ਤੇ ਸੀਗੇ, ਉਹ ਪਹਿਲਾਂ ਹੀ ਲੱਗਦੇ ਸੀ ਕਿਉਂਕਿ ਸਾਡੇ ਪੜੋਸੀਆਂ ਨਾਲ ਲੜਾਈ ਸੀਗੀ। ਮੈਂ ਉਹਨਾਂ ਦਾ ਨਾਮ ਬਾਈ ਨੇਮ ਦੇ ਕੇ ਕੌਰ ਸਿੰਘਾਂ ਦਾ ਨਾਮ ਵਿੱਚੇ ਦਿੱਤਾ ਸੀਗਾ ਵੀ ਇਹ ਮਤਲਬ ਪੁੱਠਾ ਬੋਲਦੇ ਨੇ। ਉਹਨਾਂ ਨੇ ਔਕੜ 'ਤੇ ਮਾਰੇ ਨੇ, ਮੇਰੀ ਸੁਣਵਾਈ ਨਹੀਂ ਕੀਤੀ ਗਈ। ਫਿਰ ਮੈਨੂੰ ਹਫ਼ਤੇ ਬਾਅਦ ਕਹਿੰਦੇ ਤੁਸੀਂ ਵੋਮਨ ਸੈੱਲ ਜਾਓ। ਵੋਮਨ ਸੈੱਲ ਗਈ, ਕਹਿੰਦੇ ਸਾਡੇ ਕੋਲ ਤੁਹਾਡਾ ਕੋਈ ਸੋਲਿਊਸ਼ਨ ਨਹੀਂ ਗਾ, ਤੁਸੀਂ ਐਸਐਸਪੀ। ਪਹਿਲਾਂ ਮੈਡਮ ਅਮਨੀਤ ਕੌਂਡਲ ਸੀ, ਉਹਨਾਂ ਕੋਲ 4 ਵਾਰੀ ਗਈ। ਫਿਰ ਨਵੇਂ ਐਸਐਸਪੀ ਆਏ ਉਹਨਾਂ ਕੋਲ, ਉਹਨਾਂ ਨੇ ਡੀਐਸਪੀ ਗੁਰਦੀਪ ਸਿੰਘ ਸੰਧੂ ਨੂੰ ਮਾਰ ਕਰਤੀ ਗਈ। ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਗਈ। ਇੰਨੇ ਦਿਨ ਹੋ ਗਏ ਮੈਨੂੰ ਸੁਣਵਾਈ ਨਹੀਂ ਕੀਤੀ। ਫਿਰ ਮੈਂ ਆਈਜੀ ਸਾਹਿਬ ਕੋਲ ਗਈ, ਅਮਨ ਕੌਰ ਜੀ ਡੀਐਸਪੀ ਪੁੱਛੋ, ਦੀ ਕੌਂਸਟੇਬਲ ਹੈਗੀ ਆ, ਇੱਥੇ ਬਹਿੰਦੀ ਹੈ, ਨਸ਼ੇ ਦੀ ਆਦੀ ਹੈਗੀ ਆ, ਉਹਦਾ ਖੁਦ ਦਾ ਉਹਦੇ ਹਸਬੈਂਡ ਨਾਲ ਰੋਲਾ ਚੱਲੀ ਜਾਂਦਾ ਹੈ। ਡਿਊਟੀ ਡੀਐਸਪੀ ਪੁੱਛੋ, ਇੱਥੇ ਵੋਮਨ ਸੈੱਲ ਦੇ ਵਿੱਚ ਬੈਠਦੇ, ਉਹਨਾਂ ਕੋਲ ਡਿਊਟੀ ਹੈ। ਸਾਡੀ ਗੱਡੀ ਹੁਣ ਮੇਰਾ ਉਹਨਾਂ ਨੇ ਇੱਕ ਇਹ ਰਲ ਬਣਾ ਰੱਖਿਆ ਵੀ ਮੈਂ ਗੱਡੀ ਗਹਿਣੇ 'ਤੇ ਲਿੱਤੀ ਹੋਈ ਹੈ। ਗੱਡੀ ਦੀ ਤਾਂ ਕੀਮਤ 3 ਲੱਖ ਦੀ, ਤੂੰ 5 ਲੱਖ ਰੁਪਇਆ ਕਿਵੇਂ ਵੀ ਹੱਥ 'ਤੇ ਦੇ ਸਕਦੀ ਹੈ? ਸਾਡਾ ਨਾਲੇ ਐਂਬੂਲੈਂਸ ਦਾ ਕੰਮ, ਤੂੰ ਮਹਿਕਮੇ ਵਿੱਚ ਕਿਵੇਂ ਕਿੱਥੇ ਕੋਟ ਕਹਿੰਦਾ ਗੱਲ ਆਓ ਹੈ। ਮੇਰੇ ਕੱਲ੍ਹ ਵੀ ਪਿੱਛੇ ਮੈਂ ਮੁਲਤਾਨੀਆ ਪੁਲ ਕੋਲ ਮੇਰੇ ਬੱਚਿਆਂ ਨਾਲ ਪੀਰ ਦਰਗਾਹ ਗਈ, ਲੋਕੇਸ਼ਨ ਚੈੱਕ ਕਰ ਜਾਏ ਮੇਰੇ ਪਿੱਛੇ ਉਸੇ ਟਾਈਮ ਆ ਜਾਂਦੀ ਹੈ। ਮੇਰੇ ਪਿੱਛੇ ਗੱਡੀ ਲਗਾਈ, ਮੈਂ 100 ਨੰਬਰ 'ਤੇ ਫੋਨ ਕੀਤਾ, ਸਰ ਵੀ ਮੇਰੇ ਪਿੱਛਾ ਕਰ ਰਹੀ ਆ ਅਮਨ ਕੌਰ, ਮੈਨੂੰ ਜਾਨ ਤੋਂ ਬਚਾਇਆ ਜਾਵੇ, ਖਤਰਾ ਹੈ। ਕਹਿੰਦੇ ਜੀ ਤੁਹਾਨੂੰ ਮਾਰਿਆ ਤਾਂ ਨਹੀਂ, ਤੁਹਾਡੇ ਉੱਤੇ ਗੱਡੀ ਤਾਂ ਨਹੀਂ ਚੜ੍ਹੀ? ਉਹ ਵੀ ਮੇਰੇ ਕੋਲ ਰਿਕਾਰਡਿੰਗ ਪਈ ਹੋਈ ਹੈ, ਕੰਟਰੋਲ ਰੂਮ ਵਾਲੇ ਕਹਿੰਦੇ ਗੇ। ਮੈਂ ਰਾਤ ਨੂੰ ਐਸਐਸਪੀ ਸਾਹਿਬ ਨੂੰ ਫੋਨ ਲਗਾਇਆ, ਮੈਂ ਕਿਹਾ ਸਰ ਆਹ ਗੱਲ ਐਵੇਂ ਹੈਗੀ ਹੈ। ਉਹਨਾਂ ਨੇ ਕਿਹਾ ਜੀ ਮੈਂ ਤੁਹਾਨੂੰ ਹੁਣੇ ਡਿਊਟੀ ਲਗਾ ਦਿੰਦਾ ਗਾ, ਉਹਨਾਂ ਨੂੰ ਕਹਿੰਦਾ ਗਾ ਫੋਨ ਕਰਕੇ ਸਦਰ ਥਾਣਿਆਂ ਨੂੰ। ਸਦਰ ਥਾਣਿਆਂ ਨੇ ਕਹਿੰਦੇ ਨਾ ਤੁਹਾਨੂੰ ਕੁਛ ਹੋਇਆ ਤਾਂ ਨਹੀਂ, ਨਾ ਐਸਐਚਓ ਕਹਿੰਦਾ ਗਾ ਤੁਹਾਨੂੰ ਮਾਰਿਆ ਤਾਂ ਨਹੀਂ ਗਾ। ਮੈਂ ਕਿਹਾ ਜਦੋਂ ਮਾਰਾਂਗੇ ਫਿਰ ਹੀ ਤੁਸੀਂ ਗੱਲ ਸੁਣੋਗੇ, ਤੁਸੀਂ ਸਵੇਰੇ ਆਏ ਹੋ, ਮੇਰੇ ਕੋਲ ਤੁਹਾਡਾ ਮਾਮਲਾ ਹੈਗਾ। ਐਸਐਚਓ ਪਤਾ ਨਹੀਂ ਗਾ, ਮੈਨੂੰ ਨਾਮ ਨਹੀਂ ਪਤਾ ਗਾ, ਉਹਨਾਂ ਦਾ ਫੋਨ ਹੀ ਆਇਆ ਸੀਗਾ ਵੀ ਕਿਸੇ ਪਾਸੇ ਹੀ ਨਹੀਂ ਮੇਰੀ ਸੁਣਵਾਈ ਕਰ ਰਹੇ। ਮੈਨੂੰ 3 ਮਹੀਨੇ ਹੋ ਗਏ ਲਗਾਤਾਰ, ਹਾਂਜੀ ਮੈਂ 4-5 ਵਾਰੀ ਮਿਲਿਆ ਹੀ ਹਾਂ। ਕਹਿੰਦਾ ਜੀ ਕੋਈ ਵੀ ਸਲਿਊਸ਼ਨ ਨਹੀਂ ਹੈਗਾ ਗਾ। ਮੈਂ ਕਿਹਾ ਇਹ ਥੋੜ੍ਹੀ ਮਤਲਬ ਹੈ ਸਰ,
ਠੀਕ ਹੈ ਕੱਟ ਰਹਿੰਦੇ ਕਿ ਮੇਰੇ ਬੱਚੇ ਮੈਨੂੰ ਘਰੇ ਮੇਰੇ ਵਾੜਿਆ ਜਾਏ ਮੇਰੀ ਜਾਨ ਦੀ ਰੱਖਿਆ ਕੀਤੀ ਕਹਿੰਦਾ ਜੀ ਕੋਈ ਸਲੂਸ਼ਨ ਹੀ ਨਹੀਂ ਹੈਗਾ ਅਸੀਂ ਕੀ ਸਲੂਸ਼ਨ ਕਰੀਏ ਪਹਿਲਾਂ ਕਹਿੰਦੇ ਜੀ ਤੁਸੀਂ ਬੈਠੋ 20-25 ਮਿੰਟ ਤੱਕ ਮੈਂ ਹੁਣੇ ਅਮਨ ਕੌਰ ਨੂੰ ਬੁਲਾਉਣਾਗਾ ਫਿਰ ਮੈਨੂੰ 20-25 ਮਿੰਟ ਬਿਠਾਈ ਰੱਖਿਆਗਾ ਬਾਅਦ ਵਿੱਚ ਕਹਿੰਦੇ ਬੁਲਾਓ ਉਹਨੂੰ ਮੈਂ ਅੰਦਰ ਗਈ ਜੀ ਤੁਹਾਡਾ ਤਾਂ ਕੋਈ ਸਲੂਸ਼ਨ ਹੀ ਨਹੀਂ ਹੈਗਾ ਉਹ ਤਾਂ ਉਹ ਬੂਚੋਂ ਵੀ ਡਿਊਟੀ ਕਰ ਰਹੀ ਹੈ ਅੱਗੋਂ ਮੈਨੂੰ ਇਹ ਗੱਲ ਕਹਿੰਦੇ ਨੇ ਇਹ ਕੀ ਮਤਲਬ ਹੋਇਆਗਾ ਵੋਮਨ ਸੈਲ ਡੀ ਐਸ ਪੀ ਪੁੱਛੋ ਵੋਮਨ ਸੈਲ 'ਚ ਪੈਂਦਾ ਹੈਗਾ ਹਾਂਜੀ ਸੁਣਵਾਈ ਨਹੀਂ ਕਰ ਰਹੇ ਬਿਲਕੁਲ ਹੀ ਨਹੀਂ ਸੁਣਵਾਈ ਕਰ ਰਹੇ ਵੀ ਮੈਨੂੰ ਮੇਰਾ ਘਰ ਦਵਾਇਆ ਜਾਏ ਤਾਂ ਇਹਨਾਂ 'ਤੇ ਮੰਦੀ ਕਾਰਵਾਈ ਕੀਤੀ ਜਾਏ ਇਹ ਕੋਰਟ ਦੇ ਆਰਡਰ ਨੇ ਰਹਿੰਦਿਆਂ ਰਹੀ ਜਾਣ ਮੈਨੂੰ ਕੋਈ ਚੱਕਰ ਨਹੀਂ ਮੇਰੇ ਬੱਚੇ 7 ਸਾਲ ਹੋ ਗਏ ਮੇਰੇ ਨਾਲ ਰਹਿੰਦੇ ਨੂੰ ਪਰ ਮੇਰਾ ਘਰ ਦਵਾਇਆ ਜਾਏ ਮੇਰੇ ਕੋਲ ਲੋਨ 'ਚ ਵਾ ਕੇ ਮੇਰੇ ਹਸਬੈਂਡ ਨੇ ਸਾਰਾ ਪੈਸਾ ਅਮਨ ਕੌਰ ਨੂੰ ਦੇ ਦਿੱਤਾ ਗਾ ਸਾਰਾ ਪੈਸਾ ਉਹਨਾਂ ਨੂੰ ਦੇਤਾ ਉਹ ਖਾ ਚੁੱਕੀ ਹੈਗੀ ਆ ਮੇਰੇ ਹਸਬੈਂਡ ਦੀ ਪਹਿਲਾਂ ਮੈਰਿਜ ਹੋਈ ਸੀਗੀ ਉਸ ਲੇਡੀ ਨਾਲ ਉਹਨਾਂ ਦਾ ਡਿਵੋਰਸ ਵੀ ਨਹੀਂ ਹੋਇਆ ਹੈਗਾ ਉਹਨਾਂ ਦਾ 12 ਸਾਲ ਦਾ ਮੁੰਡਾ ਹੈਗਾ ਉਹ ਮੇਰੇ ਸੱਸ ਸਹੁਰੇ ਨੂੰ ਦੇ ਰੱਖਿਆ ਹੈਗਾ ਉਹਨਾਂ ਦਾ ਇਹ ਕੰਮ ਹੈਗਾ ਵੀ ਜੋ ਕੋਈ ਨਾ ਕੋਈ ਕੁੜੀ ਲੈ ਕੇ ਆਏ ਪੈਸਾ ਖਵਾਈਏ ਮੈਂ ਆਹੀ ਕੰਮ ਕੀਤਾ ਮੇਰੇ ਸੱਸ ਸਹੁਰੇ ਐਪਲੀਕੇਸ਼ਨ ਹੁਣ ਕਿੱਥੇ ਆ ਐਪਲੀਕੇਸ਼ਨਾਂ ਸਾਰੀਆਂ ਇੱਥੇ ਹੀ ਨੇ ਪਤਾ ਹੀ ਨਹੀਂ ਮੈਨੂੰ 10 ਮਿੰਟ ਫੋਨ ਵੀ ਨਹੀਂ ਕਰਦੇ ਕਿ 3 ਮਹੀਨਿਆਂ 'ਚ ਮੈਨੂੰ ਇੱਕ ਵੀ ਕੋਲ ਡਿਟੇਲ 'ਚ ਫੋਨ ਨਹੀਂ ਆਇਆ ਵੀ ਗੁਰਮੀਤ ਕੌਰ ਤੁਹਾਡੀ ਐਪਲੀਕੇਸ਼ਨ ਆਈ ਹੈ ਤੁਸੀਂ ਆਓ ਮੈਂ ਖੁਦ ਹੀ ਆਉਂਦੀ ਹਾਂ ਇਹਨਾਂ ਦੇ ਕੋਲ ਵੀ ਹਾਂ ਸਰ ਮੈਂ ਆ ਰਹੀ ਹੈਗੀ ਹਾਂ ਜੰਮਾ ਨਹੀਂ ਬੁਲਾਉਂਦੇ ਗੇ ਜੰਮਾ ਹੀ ਨਹੀਂ ਸੁਣਦੇ ਉਧਰ ਮਹਿਲਾ ਥਾਣੇ ਦੀ ਇੰਚਾਰਜ SHO ਜਸਵਿੰਦਰ ਕੌਰ ਦਾ ਕਹਿਣਾ ਹੈ ਕਿ ਗੁਰਮੀਤ ਕੌਰ ਦੇ ਬਿਆਨ ਦਰਜ ਕੀਤੇ ਗਏ ਹਨ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਪੱਖ ਸਾਹਮਣੇ ਆਵੇਗਾ ਉਸ ਦੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ਗੁਰਮੀਤ ਕੌਰ ਦਾ ਜਿਹੜਾ ਮਾਮਲਾ ਕੀ ਕਰ ਰਹੇ ਹੋ ਇਹ ਲੜਕੀ ਨੇ ਦਰਖਾਸਤ ਦਿੱਤੀ ਹੈ ਜਸਵਿੰਦਰ ਸਿੰਘ ਦੇ ਖਿਲਾਫ ਇਹਦੇ ਬਿਆਨ ਲਿਖ ਰਹੇ ਹਾਂ ਜੀ ਜੋ ਕਾਰਵਾਈ ਬਣ ਕੇ ਹੋ ਗਈ ਵਿੱਚ ਇੱਕੋ ਨੇ ਇੱਕ ਮਹਿਲਾ ਕਾਂਸਟੇਬਲ 'ਤੇ ਸਾਰੀ 'ਤੇ ਦੋਸ਼ ਲਾਏ ਆ ਵੀ ਉਹ ਨਸ਼ਾ ਵੀ ਕਰਦੀ ਆ ਅਤੇ ਹੋਰ ਮਤਲਬ ਗਲਤ ਸੰਬੰਧੀ ਆ ਲੋਕਾਂ ਨੂੰ ਉਸ ਬਾਰੇ ਵੀ ਪੜਤਾਲ ਹੋ ਰਹੀ ਹੈ ਜੀ ਜੋ ਕਾਰਵਾਈ ਹੋ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ